ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਲਵਾ ਕਿਚਨ ਕੋਰਨਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਮਤੰਜਨ। ਵਿਆਹਾਂ ਸ਼ਾਦੀਆਂ 'ਚ ਪੁਰਾਣੇ ਟਾਈਮ 'ਚ ਬਹੁਤ ਬਣਾਇਆ ਜਾਂਦਾ ਸੀ, ਬੜਾ ਟੇਸਟੀ ਔਰ ਰੋਇਲ ਡਿਸ਼ ਮੰਨੀ ਗਈ ਹੈ। ਇਹਦੇ ਵਾਸਤੇ ਆਪਾਂ ਨੂੰ ਕਲਰ ਚਾਹੀਦੇ ਨੇ ਜਿੰਨੇ ਕੁ ਆਪਣੇ ਕੋਲ ਮਿਲ ਸਕਣ ਉਨੇ। ਮੈਂ ਪਿੰਕ ਔਰ ਸੰਤਰੀ ਰੰਗ ਲਿਆ, ਯੈਲੋ ਕਲਰ ਹੈ, ਇਹਨਾਂ ਨੂੰ ਪਾਣੀ 'ਚ ਘੋਲ ਲੈਣਾ ਆਪਾਂ। ਗ੍ਰੀਨ ਕਲਰ ਹੈ, ਟੂਟੀ ਫਰੂਟੀ ਲਈ ਹੈ ਮੈਂ, ਇਹ ਹੋਮ ਮੇਡ ਹੈ, ਘਰੇ ਬਣਾਈ ਸੀ ਮੈਂ, ਕਿਸ਼ਮਿਸ਼ ਨੇ। ਚੀਨੀ ਲਈ ਹੈ, ਜਿੰਨੀ ਆਪਾਂ ਚੌਲ ਲੈਣੇ ਨੇ ਉਹਦੇ ਬਰਾਬਰ ਹੀ ਚੀਨੀ ਲੈਣੀ ਹੈ। ਬਦਾਮ ਭਿਉਂ ਕੇ ਛਿੱਲੇ ਲੈਣੇ ਨੇ। ਨਾਰੀਅਲ ਲਵਾਂਗੇ ਕੱਟ ਕੇ ਆਪਾਂ। ਇਲਾਇਚੀ ਨੂੰ ਥੋੜ੍ਹਾ ਜਿਹਾ ਕਰਸ਼ ਕਰ ਲੈਣਾ, ਦਾਣੇ ਹੀ ਲੈਣੇ, ਦਾਣਿਆਂ ਨੂੰ ਕਰਸ਼ ਕਰਨਾ ਹਲਕਾ 'ਚ। ਗੁਲਾਬ ਜਾਮਨ ਜਾਂ ਰਸਗੁੱਲੇ ਜੋ ਵੀ ਤੁਹਾਡੇ ਕੋਲ ਹੋਵੇ ਪੋਹ ਲੈ ਸਕਦੇ ਹਾਂ। ਨਿੰਬੂ ਦਾ ਰਸ ਲਵਾਂਗੇ, ਇਹ ਨਿੰਬੂ ਥੋੜ੍ਹੇ ਵੱਡੇ ਮੈਂ 2 ਲਿਆ ਸੀਗੇ, ਜੇ ਛੋਟੇ ਹੋਣ 3 ਵੀ ਲੈ ਸਕਦੇ ਹਾਂ। ਇਹ ਮੈਂ ਖਜੂਰਾਂ ਲਈਆਂ ਨੇ, ਹਰੀਆਂ ਖਜੂਰਾਂ ਨੇ, ਜੇ ਸਰਦੀਆਂ ਨੇ ਤਾਂ ਆਪਾਂ ਛੁਹਾਰੇ ਵੀ ਲੈ ਸਕਦੇ ਹਾਂ, ਖਜੂਰਾਂ ਵੀ ਲੈ ਸਕਦੇ ਹਾਂ। ਇਹ ਕੱਚੀਆਂ ਮਿਲ ਗਈਆਂ ਸੀ ਅਤੇ ਇਹ ਲਈਆਂ ਨੇ ਦੇਸੀ ਘਿਓ। ਪਹਿਲਾਂ ਆਪਾਂ ਚੌਲਾਂ ਨੂੰ ਬੋਇਲ ਕਰ ਲਵਾਂਗੇ। 10-15 ਮਿੰਟ ਮੈਂ ਪਹਿਲਾਂ ਚੌਲ ਭਿਉਂ ਕੇ ਰੱਖੀ ਸੀ, ਜ਼ਿਆਦਾ ਦੇਰ ਨਹੀਂ ਭਿਉਣੇ। ਖੁੱਲ੍ਹਾ ਪਾਣੀ ਪਾ ਕੇ ਬੋਇਲ ਕਰਨਾ ਆਪਾਂ ਇਹਨਾਂ ਨੂੰ, ਥੋੜ੍ਹੇ ਜਿਹੇ ਲੌਂਗ ਪਾਉਣੇ ਨਾਲ। ਚੌਲ ਮੈਂ ਬੋਇਲ ਕਰ ਲੈ ਕੇ ਨਿਤਾਰ ਲਏ ਸੀਗੇ, ਉੱਪਰ ਠੰਡਾ ਪਾਣੀ ਪਾ ਕੇ। ਹੁਣ ਆਪਾਂ ਜਿਹੜੇ ਰੰਗ ਲਏ ਸੀ ਇਹਨਾਂ ਵਿੱਚ 2 ਚਮਚੇ ਚੌਲ ਨੇ ਆਪਾਂ ਪਾ ਲੈਣੇ ਨੇ, ਪਾ ਕੇ ਥੋੜ੍ਹੀ ਦੇਰ ਭਿੱਜੇ ਰਹਿਣ ਦਿਆਂਗੇ। ਇਹ ਮਤੰਜਰ ਨੂੰ ਆਪਾਂ ਕਈ ਤਰੀਕਿਆਂ ਨਾਲ ਬਣਾ ਸਕਦੇ ਹਾਂ, ਹੋਰ ਤਰੀਕਾ ਵੀ ਉਹ ਕਿਤੇ ਫਿਰ ਸ਼ੇਅਰ ਕਰਾਂਗੇ। ਇਸ ਵਾਰ ਮੈਂ ਥੋੜ੍ਹਾ ਅਲੱਗ ਤਰੀਕੇ ਨਾਲ ਬਣਾ ਰਹੀ ਹਾਂ। ਚਾਸ਼ਨੀ ਬਣਾਉਣ ਲਈ ਆਪਾਂ ਜਿਹੜੀ ਚੀਨੀ ਲਈ ਸੀ ਉਹਦੇ 'ਚ ਨਿੰਬੂ ਦਾ ਰਸ ਪਾਵਾਂਗੇ, ਥੋੜ੍ਹਾ ਜਿਹਾ ਤੁਸੀਂ 2 ਚਮਚੇ ਪਾਣੀ ਵਿੱਚ ਮਿਕਸ ਕਰ ਸਕਦੇ ਹੋ ਵਿੱਚ, ਪਰ ਜ਼ਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਆਪਾਂ ਚੌਲ ਕੁੱਕ ਕੀਤੇ ਹੋਏ ਨੇ। ਇਹ ਚੌਲਾਂ ਨੂੰ ਮੈਂ ਭੁੰਨਣ ਤੋਂ ਬਾਅਦ ਠੰਡਾ ਪਾਣੀ ਪਾ ਕੇ ਆਪਾਂ ਡਰੇਨ ਕਰ ਲਿਆ ਸੀਗਾ, ਤਾਂ ਕਿ ਚੌਲ ਹੋਰ ਕੁੱਕ ਨਾ ਹੋਣ ਔਰ ਚੌਲ ਖਿਲੇ ਖਿਲੇ ਬਣਨਗੇ, ਸਟਾਰਚ ਤਾਂ ਨਿਕਲ ਜਾਊ ਸਾਰਾ। ਬਿਲਕੁਲ ਡਰਾਈ ਨੇ ਹੋਣੇ, ਵੈਸੇ ਪੱਕੇ ਹੋਏ ਨੇ ਗਲੇ ਚੌਲ ਨੇ ਜਿੰਨੇ ਆਪਾਂ ਰੱਖਣੇ। ਚੀਨੀ ਪਾਉਣ ਤੋਂ ਬਾਅਦ ਚੌਲ ਘੱਟ ਹੀ ਗਲਦੇ ਨੇ, ਜਿਹੜੇ ਆਪਾਂ ਚੌਲ ਕਲਰ 'ਚ ਪਾਏ ਸੀਗੇ ਉਹਨਾਂ ਨੂੰ ਧੋ ਲੈਣਾ ਪਾਣੀ ਦੇ ਨਾਲ, ਚੰਗੀ ਤਰ੍ਹਾਂ ਪਾਣੀ ਦੇ ਨਾਲ ਧੋ ਲਓ ਤਾਂ ਕਿ ਚੌਲਾਂ ਨੂੰ ਐਕਸਟਰਾ ਰੰਗ ਨਾ ਲੱਗੇ। ਇਸ ਤਰ੍ਹਾਂ ਆਪਾਂ ਸਾਰੇ ਕਲਰ ਜਿਹੜੇ ਚੌਲ ਸੀਗੇ ਰੰਗਾਂ ਵਾਲੇ ਉਹ ਧੋ ਕੇ ਤਿਆਰ ਕਰ ਲਏ ਨੇ। ਰੰਗ ਵਾਲੇ ਚੌਲ ਆਪਾਂ ਥੋੜ੍ਹੇ ਹੀ ਪਾਉਣੇ ਨੇ, ਬਸ ਚੀਨੀ ਮੈਲਟ ਹੋ ਗਈ ਹੈ, ਹੁਣ ਆਪਾਂ ਚੌਲ ਪਾਵਾਂਗੇ ਇਹਨਾਂ ਵਿੱਚ। ਚਾਸ਼ਨੀ ਆਪਾਂ ਸਲੋ ਅੱਗ 'ਤੇ ਬਣਾਉਣੀ ਹੈ, ਤੁਰ ਪਾਣੀ ਘੱਟ ਪਾਉਣਾ, ਜੇ ਨਿੰਬੂ ਦੇ ਰਸ ਵਿੱਚ ਘੋਲ ਜਾਏ ਤਾਂ ਬਹੁਤ ਬੈਟਰ ਹੈ, ਪਾਣੀ ਨਾ ਹੀ ਪਾਓ ਵਿੱਚ। ਇਹਦੇ ਵਿੱਚ ਕਿਉਂਕਿ ਚੀਨੀ ਜ਼ਿਆਦਾ ਪਾਈ ਦੀ, ਇਸ ਲਈ ਨਿੰਬੂ, ਜੇ ਨਿੰਬੂ ਨਾ ਹੋਵੇ ਸਰਦੀਆਂ ਨੇ ਤਾਂ ਆਪਾਂ ਸੰਤਰੇ ਰਸ ਵੀ ਪਾ ਸਕਦੇ ਹਾਂ, ਪਰ ਇਹ ਖਟਾਸ ਜ਼ਰੂਰੀ ਹੈ ਇਹਦੇ ਵਿੱਚ। ਬਾਕੀ ਸਮਾਨ ਆਪਾਂ ਸਾਰਾ ਪਾਵਾਂਗੇ, ਇਲਾਇਚੀ ਦੇ ਬੀਜ, ਕਿਸ਼ਮਿਸ਼ ਪਾਵਾਂਗੇ, ਜਿਹੜੀਆਂ ਖਜੂਰਾਂ ਆਪਾਂ ਕੱਟੀਆਂ ਹੋਈਆਂ ਸੀ ਉਹ ਪਾਵਾਂਗੇ। ਇਹ ਵੈਸੇ ਹਰ ਜਗ੍ਹਾ ਨਹੀਂ ਮਿਲਦੀਆਂ, ਆਪਾਂ ਛੁਹਾਰੇ ਜਾਂ ਖਜੂਰਾਂ ਸੁੱਕੀਆਂ ਹੋਈਆਂ ਉਹ ਵੀ ਪਾ ਸਕਦੇ ਹਾਂ। ਬਦਾਮ ਪਾਵਾਂਗੇ,
ड्राई फ्रूट तुसी कोई भी अपनी चॉइस दा पा सकते हो, टूटी फ्रूटी। वैसे मैं इत्थे मेरे को अचानक पै गई, वैसे पानी नहीं सी मैं ये पहला पा बैठी, ये थोड़ा है तुसी पहला ना पायो टूटी फ्रूटी, सर्व कर लग्या पानी सी ये मैं भुलेखे नाल ही पा बैठी हाँ क्योंकि ना कलर उतर के चौलों लग गया सी। टूटी फ्रूटी आप सर्व कर लगे पानी, पर मैं इतने पहला पा दिती सी। हुण इस तरह आप साइड ते करके ना नीचे चौल पा दिते ने, रंग वाले जिहड़े रंग वाले चौल सीगे नीचे पाए ने मैं, ताकि चाशनी च उन्हां दा मिठा चला जाए। हुण आपां दाम दे देंगे, इस तरह गिला कॉटन का कपड़ा आप रख के उपरों ढक देंगे। सत्त अठ मिनट दम बहुत है, हुण आपां खोल के देखांगे। देखो वे जिहड़े आपां चौल नीचे पाए सीगे उन्हां नूं वी हिला लवांगे। टूटी फ्रूटी पहलां पाउंदे नाल थोड़ा जिहा कलर मिक्स हो गया चौलां दा, वैसे अलग अलग ही रहना सी क्योंकि आपां चौल धो के पाए हुए सीगे। टूटी फ्रूटी भी पा सकते हैं, मुरब्बा भी आप इस डिश में जिन्ना भी आपां हैवी समान पा लईए उन्ना पा सकते हैं। हुण आपां इहनूं सर्व कर लिया, उपर खोआ भी पा सकते हैं, मुरब्बा भी पा सकते हैं। मतंजन तैयार है जी। वीडियो देखने लई धन्नवाद, वीडियो नूं पूरा देखियो, चैनल नूं सबसक्राइब करो पहला नहीं किया हो। थैंक्स जी।